ਦੁਆਬੇ ਖੇਤਰ ਵਿੱਚ ਸਭ ਤੋਂ ਅਹਿਮ ਮੰਨੇ ਜਾਂਦੇ ਲੋਕ ਸਭਾ ਹਲਕਾ ਜਲੰਧਰ ਤੇ ਇਸ ਵਾਰ ਮੁਕਾਬਲਾ ਬੇਹੱਦ ਫਸਮਾ ਹੋਣ ਵਾਲਾ ਹੈ। ਦਲਿਤ ਵੋਟ ਫੈਕਟਰ ਇਸ ਹਲਕੇ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਹਾਲਾਂਕਿ ਇਤਿਹਾਸ ਕਾਂਗਰਸ ਦੇ ਪੱਖ ਵਿੱਚ ਖੜਾ ਦਿਖਾਈ ਦਿੰਦਾ ਹੈ, ਪਰ ਇਸ ਵਾਰ ਵੀ ਮੁਕਾਬਲਾ ਬੇਹੱਦ ਕਾਂਟੇਦਾਰ ਤੇ ਦਿਲਚਸਪ ਹੈ। ਚੋਣ ਮੈਦਾਨ 'ਚ ਸਾਂਸਦ ਬਣਨ ਵਾਸਤੇ ਮੌਜੂਦਾ ਸਾਂਸਦ ਸੰਤੋਖ ਚੌਧਰੀ ਕਾਂਗਰਸ ਦੇ ਉਮੀਦਵਾਰ ਹਨ। ਅਕਾਲੀ ਦਲ ਤੇ ਭਾਜਪਾ ਨੇ ਚਰਨਜੀਤ ਸਿੰਘ ਅਟਵਾਲ ਤੇ ਦਾਅ ਖੇਡਿਆ, ਜਦਕਿ ਆਮ ਆਦਮੀ ਪਾਰਟੀ ਵੱਲੋਂ ਜਸਟਿਸ ਜੋਰਾ ਸਿੰਘ ਤੇ ਪੀਡੀਏ ਗਠਜੋੜ ਵੱਲੋਂ ਬਸਪਾ ਦੇ ਬਲਵਿੰਦਰ ਕੁਮਾਰ ਚੋਣ ਮੈਦਾਨ ਵਿੱਚ ਹਨ। ਜਲੰਧਰ ਸੀਟ ਤੋਂ ਹਾਲਾਂਕਿ 19 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਪਰ ਜਲੰਧਰ ਤੋਂ ਸਿਆਸੀ ਪੰਡਿਤ ਤਿਕੋਣੀ ਟੱਕਰ ਹੋਣ ਦੀ ਗੱਲ ਕਹਿ ਰਹੇ ਨੇ। ਜਲੰਧਰ ਲੋਕ ਸਭਾ ਸੀਟ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਆਦਾਤਰ ਵਿਧਾਇਕ ਕਾਂਗਰਸ ਦੇ ਹਨ ਤੇ ਸੀਟ ਤੇ ਜ਼ਿਆਦਾਤਰ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ, ਪਰ ਮੌਜੂਦਾ ਹਾਲਾਤ ਇਸ ਵਾਰੀ ਸਿਆਸੀ ਫੁੱਟ ਨਾਲ ਜੂਝ ਰਹੀ ਕਾਂਗਰਸ ਲਈ ਜਿੱਤ ਦੀ ਕਹਾਣੀ ਲਿਖਣਾ ਬੇਹੱਦ ਮੁਸ਼ਕਲ ਹੈ। ਅਕਾਲੀ ਦਲ ਭਾਜਪਾ ਗਠਜੋੜ ਨੇ ਜਿੱਥੇ ਇੱਕ ਵੱਡਾ ਚਿਹਰਾ ਚੋਣ ਮੈਦਾਨ ਵਿੱਚ ਉਤਾਰਿਆ ਹੈ, ਉੱਥੇ ਪੀਡੀਏ ਗਠਜੋੜ ਵੱਲੋਂ ਵੀ ਬਸਪਾ ਦੇ ਬਲਵਿੰਦਰ ਕੁਮਾਰ ਤੇ ਆਮ ਆਦਮੀ ਪਾਰਟੀ ਦੇ ਜਸਟਿਸ ਜੋਰਾ ਸਿੰਘ ਵੀ ਜਿੱਤ ਦੀ ਕਹਾਣੀ ਲਿਖ ਸਕਦੇ ਨੇ। ਜਲੰਧਰ ਤੋਂ ਇੰਦਰਜੀਤ ਸਿੰਘ ਚਾਹਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।